ਵਾਇਰਸ ਦੇ ਚਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀਗਾ ਕਿ ਜਨਤਾ ਕਰਫਿਊ ਨੂੰ ਭਾਰਤ ਵਿੱਚ ਲਾਗੂ ਕੀਤਾ ਜਾਵੇ ਤੇ ਉਸ ਦੇ ਮੱਦੇਨਜ਼ਰ ਅੱਜ ਨਾਭਾਪੂਰਨ ਤੌਰ ਤੇ ਬੰਦ ਹੈ। ਵਰਿੰਦਰਜੀਤ ਸਿੰਘ ਥਿੰਦ ਦੀ ਅਗਵਾਈ ਵਿੱਚ ਪੁਲਿਸ ਨੇ ਆਪਣੀ ਟੀਮ ਦੇ ਨਾਲ ਫਲੈਗ ਮਾਰਚ ਕੀਤਾ ਹੈ ਤੇ ਅੱਜ ਤੁਹਾਨੂੰ ਦੇਖ ਸਕਦੇ ਹੋ, ਤੁਸੀਂ ਦੇਖ ਸਕਦੇ ਹੋ ਕਿ ਨਾਭਾ ਦੀਆਂ ਦੁਕਾਨਾਂ ਸਾਰੀਆਂ ਬੰਦ ਨਜ਼ਰ ਆ ਰਹੀਆਂ ਨੇ। ਇੱਕ ਤਾਂ ਅਸੀਂ ਪੈਟਰੋਲਿੰਗ ਕਰ ਰਹੇ ਹਾਂ ਸ਼ਹਿਰ ਦੇ ਵਿੱਚ, SHO ਸਾਹਿਬਾਨ ਸਾਰੇ ਨਾਲ ਹੈ, ਟ੍ਰੈਫਿਕ ਇੰਚਾਰਜਸ ਨਾਲ ਹੈ ਮੇਰੇ, ਅਤੇ ਇੱਕ ਤਾਂ ਪੈਟਰੋਲਿੰਗ ਚੱਲ ਰਹੀ ਹੈ, ਦੂਜਾ ਅਸੀਂ ਜਿਹੜਾ ਸਾਡਾ ਪਬਲਿਕ ਐਡਰੈਸਿੰਗ ਸਿਸਟਮ ਹੈ ਉਹਦੇ ਵਿੱਚ ਵੀ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਅੱਜ ਦਾ ਜਿਹੜਾ ਆਹਵਾਨ ਹੈ ਪ੍ਰਧਾਨ ਮੰਤਰੀ ਸਾਹਿਬ ਦਾ ਉਹਨੂੰ ਫੋਲੋ ਕੀਤਾ ਜਾਵੇ ਅਤੇ ਜਿਵੇਂ ਉਹਨਾਂ ਨੇ ਕਿਹਾ ਉਵੇਂ ਉਹਦੀ ਪਾਲਣਾ ਹੋਵੇ, ਅਤੇ ਇਹਨੂੰ ਯਕੀਨੀ ਬਣਾਉਣ ਵਾਸਤੇ ਹੁਣ ਅਸੀਂ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਰਾਊਂਡ ਲਗਾ ਰਹੇ ਹਾਂ ਅਤੇ ਕੰਟੀਨਿਊਸਲੀ ਜਦੋਂ ਤੱਕ ਦਾ ਆਹਵਾਨ ਹੈ ਉਦੋਂ ਤੱਕ ਇਹ ਨਿਰੰਤਰ ਚੱਲੂਗਾ ਜੀ। ਲੋਕ ਕਿੰਨਾ ਕੁ ਅਵੇਅਰ ਨਜ਼ਰ ਆ ਰਹੇ ਤੁਹਾਨੂੰ? ਤੁਸੀਂ ਦੇਖ ਹੀ ਰਹੇ ਹੋ, ਦੇਖੋ ਆਲਮੋਸਟ ਹਰੇਕ ਮਤਲਬ 100% ਵਾਂਗੂ ਹੀ ਹੈ ਕਿ ਲੋਕ ਬਿਲਕੁਲ ਸਾਥ ਦੇ ਰਹੇ ਆ ਜਿਹੜਾ ਆਹਵਾਨ ਸੀਗਾ, ਅਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹਾਲੇ ਲੋਕਾਂ ਵੱਲੋਂ ਨਹੀਂ ਹੈ। ਫਿਲਹਾਲ ਸਰ ਜਨਤਾ ਕਰਫਿਊ ਦੇ ਕਿਹੜਾ ਕਿਹੜੇ ਲੋਕਾਂ ਨੂੰ ਢਿੱਲ ਦਿੱਤੀ ਗਈ, ਕਿਹੜੇ ਕਿਹੜੇ ਦੁਕਾਨ? ਜਿਵੇਂ ਕੋਈ ਮਰੀਜ਼ ਹੈ ਜਾਂ ਕੋਈ ਥੋੜ੍ਹੀਆਂ ਮੈਡੀਕਲ ਸ਼ੋਪਸ ਵਗੈਰਾ ਹੈਗੀਆਂ, ਇਹਨਾਂ ਨੂੰ ਥੋੜ੍ਹਾ ਜਿਹਾ ਰਿਲੈਕਸ ਹੈ।